ਹੈਲੋ ਐਂਡ ਵੈਲਕਮ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ ਸਿਆਸਤ ਰਾਜਨੀਤੀ ਐਸ ਟਾਈਮ ਪੂਰੇ ਭਾਰਤ ਦੀਆਂ ਵੱਖਰੀਆਂ ਵੱਖਰੀਆਂ ਸਟੇਟਸ ਦੇ ਵਿੱਚ ਸੂਬਿਆਂ ਦੇ ਵਿੱਚ ਭੱਕੀ ਹੋਈ ਆ ਤੁਸੀਂ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਜਲੰਧਰ ਦੀ ਲੋਕ ਸਭਾ ਬਾਈਪੋਲ ਜਿੱਥੇ ਕੱਲ ਕਾਂਗਰਸ ਆਪਸ ਦੇ ਵਿੱਚ ਯੂਨਿਟੀ ਦਿਖਾ ਰਹੀ ਸੀ ਇੱਕ ਜੁਟਤਾ ਦਿਖਾ ਰਹੀ ਸੀ ਕੀ ਇਹ ਯੂਨਿਟੀ ਫॉर ਰੀਅਲ ਆ ਅਸਲ ਦੇ ਵਿੱਚ ਆ ਜਾਂ ਸਿਰਫ ਦਿਖਾਵੇ ਦੀ ਇਸ ਉੱਤੇ ਗੱਲ ਕਰਾਂਗੇ ਪਰ ਕਾਂਗਰਸ ਦੇ ਇੱਕ ਵੱਡੇ ਲੀਡਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵਿਜੀਲੈਂਸ ਬਿਊਰੋ ਨੇ ਅੱਜ ਹੀ ਸੱਦ ਲਿਆ ਕੋਸ਼ਿਸ਼ ਤਾਂ ਉਹ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ 20 April ਤੱਕ ਦਾ ਸਮਾਂ ਦੇ ਦਿਓ ਪਰ ਮੈਨੂੰ ਲੱਗਦਾ ਸ਼ਾਇਦ ਵਿਜੀਲੈਂਸ ਬਿਊਰੋ ਨੂੰ ਜ਼ਿਆਦਾ ਹੀ ਕਿਸੇ ਤਰ੍ਹਾਂ ਦੀ ਤੇਜ਼ੀ ਸੀ ਤੇ ਉਹਨਾਂ ਨੇ ਉਹਨਾਂ ਨੂੰ ਅੱਜ ਬੁਲਾ ਲਿਆ ਕੀ ਗੱਲਬਾਤ ਹੋਈ ਇਸ ਬਾਰੇ ਗੱਲ ਕਰਾਂਗੇ ਔਰ ਤੁਸੀਂ ਦੇਖੋ ਰਾਜਸਥਾਨ ਚ ਕੀ ਹੋ ਰਿਹਾ ਰਾਜਸਥਾਨ ਦੇ ਵਿੱਚ ਕਾਂਗਰਸ ਨੂੰ ਲੱਗਦਾ ਕਿ ਤੇ ਪੰਜਾਬ ਨਾ ਹੋ ਜੇ ਜੋ ਹਾਲਾਤ ਪਿਛਲੇ ਸਾਲ 2022 ਦੀਆਂ ਚੋਣਾਂ ਦੇ ਵਿੱਚ ਹੋਏ ਔਰ ਜਿਸ ਤਰ੍ਹਾਂ ਕਾਂਗਰਸ ਜਿਹੜੀ ਸੀ ਉਹ ਵੱਖਰੀ ਵੱਖਰੀ ਹੋ ਗਈ ਖਿੱਲਰ ਗਈ ਕੀ ਰਾਜਸਥਾਨ ਚ ਉਦਾਂ ਹੋ ਜੇਗਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਉੱਥੇ ਭੇਜਿਆ ਸੀ ਕਿ ਆਪਸ ਦੇ ਵਿੱਚ ਸੁਲ੍ਹਾ ਸਫਾਈ ਕਰਾਓ ਪਰ ਮੈਨੂੰ ਲੱਗਦਾ ਉਹਨਾਂ ਤੋਂ ਗੱਲ ਬਣੀ ਨਹੀਂ ਕਾਂਗਰਸ ਦੀ ਸਿਖਰ ਦੀ ਲੀਡਰਸ਼ਿਪ ਕੋਈ ਸੁਖਜਿੰਦਰ ਸਿੰਘ ਰੰਧਾਵਾ ਨਾਲ ਬਹੁਤ ਖੁਸ਼ ਨਹੀਂ ਆ ਇਸ ਬਾਰੇ ਅਸੀਂ ਸਾਰੀ ਚਰਚਾ ਕਰਾਂਗੇ ਤੇ ਲੇਕਿਨ ਕੱਲੇ ਰਾਜਸਥਾਨ ਦੀ ਗੱਲ ਕਿਉਂ ਕਰਨਾਟਕ ਦੇ ਵਿੱਚ ਬੀਜੇਪੀ ਆ ਪਿਛਲੇ 5 ਸਾਲਾਂ ਤੋਂ ਆ ਤੇ ਕਰਨਾਟਕ ਦੇ ਵਿੱਚ ਵੀ ਤਾਂ ਸਾਰਾ ਕੁਝ ਠੀਕ ਨਹੀਂ ਆ ਉੱਥੇ ਤਾਂ ਦੋ ਲਿਸਟਾਂ ਰਿਲੀਜ਼ ਕਰਤੀਆਂ ਨੇ ਬੀਜੇਪੀ ਨੇ ਕੈਂਡੀਡੇਟਸ ਦੀਆਂ ਉਸ ਤੋਂ ਬਾਅਦ ਉੱਥੇ ਵੀ ਰੌਲਾ ਪੈ ਗਿਆ ਬਹੁਤ ਸਾਰੇ ਸਿਟਿੰਗ ਐਮਐਲਐਸ ਨੇ ਜਾਂ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਨੇ ਅਸਤੀਫੇ ਦੇ ਦਿੱਤੇ ਆ ਮਹਾਰਾਸ਼ਟਰ ਵੀ ਚੱਲਾਂਗੇ ਮਹਾਰਾਸ਼ਟਰ ਦੇ ਇੱਕ ਰੌਲਾ ਹੋਰ ਪੈ ਗਿਆ ਅਦਿੱਤਿਆ ਠਾਕਰੇ ਅਦਿੱਤਿਆ ਠਾਕਰੇ ਉਦਵ ਠਾਕਰੇ ਦੇ ਮੁੰਡੇ ਨੇ ਉਹ ਤਾਂ ਨੇ ਕਹਤਾ ਕਿ ਜਿਹੜੇ ਏਕਨਾਤ ਛਿੰਦੇ ਨੇ ਮੌਜੂਦਾ ਮੁੱਖ ਮੰਤਰੀ ਪਹਿਲਾਂ ਸ਼ਿਵ ਸੇਨਾਤ ਸੀ ਹੁਣ ਵੱਖਰੇ ਹੋ ਗਏ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਸਰਕਾਰ ਬਣਾ ਲਈ ਆ ਕਹਿੰਦੇ ਇਹ ਤਾਂ ਸਾਡੇ ਕੋਲ ਆ ਕੇ ਰੋਏ ਸੀ ਰੋ ਕੇ ਕਿਹਾ ਸੀ ਕਹਿੰਦੇ ਮੈਨੂੰ ਜੇਲ੍ਹ ਕਰ ਦੇਣਗੇ ਏਜੰਸੀਆਂ ਲਾਤੀਆਂ ਮੇਰੇ ਪਿੱਛੇ ਮੈਨੂੰ ਜਾ ਲੈਣ ਦੋ ਇਹ ਗੱਲ ਉਹਨਾਂ ਨੇ ਕਹੀ ਆ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਲਲਿਤ ਮੋਦੀ ਦੀ ਗੱਲ ਰਹਿ ਗਈ ਸੀ ਕਿ ਲਲਿਤ ਮੋਦੀ ਜਿਹੜੇ ਕਿਸੇ ਟਾਈਮ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਦੀ ਕਰਤਾ-ਤਰਤਾ ਹੁੰਦੇ ਸੀ ਕਮਿਸ਼ਨਰ ਸੀ ਚੇਅਰਮੈਨ ਸੀ ਯੂਕੇ ਚਲੇ ਗਏ ਸੀ ਸਾਨੂੰ 2010 ਦੇ ਵਿੱਚ ਕਿਉਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤੋਂ ਮਾਫੀ ਮੰਗਣ ਲਈ ਕਿਹਾ ਕਿਹੜੀ ਤੋਹੀਨ ਉਹਨਾਂ ਨੇ ਕੋਰਟ ਦੀ ਕੀਤੀ ਸੀ ਉਸ ਬਾਰੇ ਵੀ ਆਪਾਂ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ 111 ਦਿਨਾਂ ਦੇ ਮੁੱਖ ਮੰਤਰੀ ਪਹਿਲੀ ਵਾਰ ਹੀ ਮੁੱਖ ਮੰਤਰੀ ਬਣਦੇ ਨੇ ਪਰ ਹਾਂ ਇਹ ਵੀ ਸਚਾਈ ਆ ਕਿ ਸਨ 2022 ਦੇ ਵਿੱਚ ਦੋਨੇ ਆਪਣੀਆਂ ਅਸੈਂਬਲੀ ਸੀਟਾਂ ਵੀ ਹਾਰ ਜਾਂਦੇ ਨੇ ਉਹਨਾਂ ਦੇ ਸਿਰ ਤੇ ਦਾ ਲਾ ਕੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਦਾ ਕੈਂਡੀਡੇਟ ਬਣਾ ਕੇ ਕਾਂਗਰਸ ਨੇ ਉਹਨਾਂ ਨੂੰ ਅੱਗੇ ਕੀਤਾ ਤੇ ਕੋਸ਼ਿਸ਼ ਕੀਤੀ ਸੀ ਕਿ ਸਰਕਾਰ ਦੁਬਾਰਾ ਰਿਪੀਟ ਕਰਾਈ ਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਪੌਣੇ ਪੰਜ ਸਾਲਾਂ ਬਾਅਦ ਅਚਾਨਕ ਹਟਾ ਦਿੱਤਾ ਗਿਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਜੋ ਉਸ ਵਕਤ ਪ੍ਰਧਾਨ ਸੀ ਉਹਨਾਂ ਨੇ ਕਿਹਾ ਸੀ ਕੀਆ ਮੈਨੂੰ ਕੈਂਡੀਡੇਟ ਬਣਾਓ ਖੈਰ ਉਹਨਾਂ ਨੂੰ ਤਾਂ ਬਣਾਇਆ ਨਹੀਂ ਗਿਆ ਚਰਨਜੀਤ ਸਿੰਘ ਚੰਨੀ ਨੂੰ ਬਣਾਤਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀਤਾ ਬਣਾਦਾ ਪਰ ਉਸ ਦਿਨ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਵੀ ਸ਼ੁਰੂ ਹੋ ਗਈਆਂ ਮੁਸ਼ਕਲਾਂ ਉਹਨਾਂ ਦੀ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਭਪਿੰਦਰ ਸਿੰਘ ਹਣੀ ਉਹਨਾਂ ਦੇ ਭਾਂਜੇ ਤੋਂ 10 ਕਰੋੜ ਰੁਪਇਆ ਕਥਿਤ ਤੌਰ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨੇ ਫੜਿਆ ਸੀ ਬਹੁਤ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਨੈਤਿਕਤਾ ਦੇ ਆਧਾਰ ਤੇ ਆਪ ਤਾਂ ਪਾਰਟੀਆਂ ਕਦੇ ਰਿਜ਼ਾਈਨ ਕਰਦੀਆਂ ਨਹੀਂ ਆਪ ਨੂੰ ਪਤਾ ਹੀ ਆ ਪਰ ਦੂਸਰੀ ਪਾਰਟੀ ਦੇ ਲੀਡਰ ਤੋਂ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਮੰਗ ਲਿਆ ਜਾਂਦਾ ਅੱਜ ਉਹਨਾਂ ਚਰਨਜੀਤ ਸਿੰਘ ਚੰਨੀ ਨੂੰ ਹੀ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਸਮੇਂ ਤੋਂ ਜੋ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਦਿੱਤਾ ਜਾਵੇ ਉਸ ਤੋਂ ਪਹਿਲਾਂ ਸੱਦ ਲਿਆ 12 ਅਪ੍ਰੈਲ ਨੂੰ ਪਹਿਲਾਂ ਬੁਲਾਇਆ ਸੀ ਵਿਜੀਲੈਂਸ ਬਿਊਰੋ ਨੇ ਡਿਸਪਰਪੋਰਸ਼ਨੇਟ ਐਸੈਟਸ ਦੇ ਕੇਸ ਦੇ ਵਿੱਚ ਕਿ ਇਹਨਾਂ ਕੋਲੇ ਜਿਹੜੀ ਜਾਇਦਾਦ ਬਣਾਈ ਆ ਇਹਨਾਂ ਨੇ ਜਾਂ ਇਹਨਾਂ ਕੋਲੇ ਜੋ ਐਸੈਟਸ ਨੇ ਉਹ ਇਹਨਾਂ ਦੇ ਜਿਹੜੇ ਸੋਰਸਸ ਆਫ ਇਨਕਮ ਆ ਉਸ ਤੋਂ ਕਿਤੇ ਵੱਧ ਆ ਜਿਹੜੇ ਸਾਨੂੰ ਜਾਣਦੇ ਆ ਜਿੰਨਾ ਬਾਰੇ ਸਾਨੂੰ ਜਾਣਕਾਰੀ ਆ ਫਿਰ ਉਹਨਾਂ ਨੇ ਕਿਹਾ ਸੀ ਚਰਨਜੀਤ ਸਿੰਘ ਚੰਨੀ ਨੇ ਕਿ ਘੱਟੋ ਘੱਟ ਮੈਨੂੰ 20 April ਦਾ ਸਮਾਂ ਤੱਕ ਦੇ ਦਿਓ ਇਹ ਵੀ ਗੱਲ ਕਹਿਤੀ ਸੀ ਕਿ ਸ਼ਾਇਦ 20 April ਨੂੰ ਆਣਗੇ ਪਰ ਅਚਾਨਕ ਅੱਜ 14 April ਨੂੰ ਸੱਦ ਲਿਆ ਜਿੱਦਾਂ ਹੀ 11 ਸਵੇਰ 11 ਵਜੇ ਚਰਨਜੀਤ ਸਿੰਘ ਚੰਨੀ ਸੈਕਟਰ 68 ਦੇ ਵਿੱਚ ਪਹੁੰਚਦੇ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਤੇ ਨਾਲ ਹੀ ਉਹ মিডিਆ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਮੈਨੂੰ ਤਾਂ ਮਾਰ ਦੇਣਾ ਕਹਿੰਦੇ ਮੈਂ ਮਰਨ ਲਈ ਇੱਛਾ ਹੈ ਮੈਨੂੰ ਮਾਰ ਦਿਓ ਚਾਹੇ ਮੈਨੂੰ ਜੇਲ੍ਹ ਕਰ ਦਿਓ ਮੈਂ ਡਰਨਾ ਨਹੀਂ ਕਿਸੇ ਤੋਂ ਇਹਨਾਂ ਨੇ ਛੁੱਟੀ ਵਾਲੇ ਦਿਨ ਵੀ ਬਸਾਖੀ ਵਾਲੇ ਦਿਨ ਔਰ ਅੰਬੇਦਕਰ ਸਾਹਿਬ ਦੇ ਦਿਨ ਦਫ਼ਤਰ ਮੇਰੇ ਕਰਕੇ ਖੋਲਿਆ ਮੈਨੂੰ ਟੌਰਚਰ ਜਾਂ ਤੰਗ ਕਰਨ ਵਾਸਤੇ ਮੈਂ ਇਹਨਾਂ ਨੂੰ ਪੇਸ਼ ਹੋ ਰਿਹਾ ਕਿ ਗ੍ਰਿਫਤਾਰੀ ਦਾ ਡਰ ਹੈ ਗ੍ਰਿਫਤਾਰੀ ਹੋ ਸਕਦੀ ਹੈ ਮੈਨੂੰ ਕੋਈ ਡਰ ਨਹੀਂ ਹੁਣ ਇਹ ਗ੍ਰਿਫਤਾਰੀ ਕਰਨ ਇਹ ਮੈਨੂੰ ਮਾਰਨੇ ਇਹ ਮੈਨੂੰ ਕੁੱਟਨੇ ਇਹ ਮੈਨੂੰ ਜੇਲ੍ਹ ਭੇਜਣ ਇਹ ਮੈਨੂੰ ਜਾਨ ਤੋਂ ਮਾਰ ਦੇਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਔਰ ਅੱਜ ਕਿਉਂਕਿ ਵਿਸਾਖੀ ਹੈ ਔਰ ਅੱਜ ਇਸੇ ਤਰ੍ਹਾਂ ਅੰਬੇਦਕਰ ਜਨਮ ਦਿਵਸ ਆ ਉਹ ਕਹਿੰਦੇ ਛੁੱਟੀ ਵਾਲੇ ਦਿਨ ਮੈਨੂੰ ਬੁਲਾ ਲਿਆ ਕਿਸੇ ਹੋਰ ਦਿਨ ਬੁਲਾ ਲੈਂਦੇ ਔਰ ਇੱਕ ਚੀਜ਼ ਹੋਰ ਦੇਖੋ ਉਹਨਾਂ ਦੀ ਸਪੋਰਟ ਤੇ ਆਏ ਕੌਣ ਉਹਨਾਂ ਨੂੰ ਸਪੋਰਟ ਮਿਲੀ ਹੈ ਭਾਰਤੀ ਜਨਤਾ ਪਾਰਟੀ ਤੋਂ ਵੈਸੇ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ ਪਿਛਲੇ ਦਿਨਾਂ 'ਚ ਬੜੀਆਂ ਅਫਵਾਹਾਂ ਚੱਲਦੀਆਂ ਸੀ ਕਿ ਸ਼ਾਇਦ ਚਰਨਜੀਤ ਸਿੰਘ ਚੰਨੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਜਾਣ ਪਰ ਉਹਨਾਂ ਨੇ ਕੀਤੀ ਨਹੀਂ ਅਫਵਾਹਾਂ ਲੱਗਦੀਆਂ ਸੀ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਲੋਕ ਸਭਾ ਲਈ ਜਾਂ ਜਿਹੜੀ ਲੋਕ ਸਭਾ ਦੀ ਜਿਮਨੀ ਚੋਣ ਹੋ ਰਹੀ ਹੈ ਜਲੰਧਰ ਦੇ ਵਿੱਚ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਇਸ ਕਰਕੇ ਉਹ ਚਰਨਜੀਤ ਸਿੰਘ ਚੰਨੀ ਤੇ ਡੋਰੇ ਪਾ ਰਿਹਾ ਖੈਰ ਉਹ ਤਾਂ ਗੱਲ ਹੋਈ ਨਹੀਂ ਪਰ ਭਾਰਤੀ ਜਨਤਾ ਪਾਰਟੀ ਵੱਲੋਂ ਸਪੋਰਟ ਆਈ ਆ ਔਰ ਸਪੋਰਟ ਕਿਹਦੇ ਵੱਲੋਂ ਆਈ ਆ ਇਹਨਾਂ ਦੇ ਪੁਰਾਣੇ ਕਲੀਕ ਜਿਹੜੇ ਕਾਂਗਰਸ ਦੇ ਵਿੱਚ ਹੁੰਦੇ ਸੀ ਰਾਜਕੁਮਾਰ ਵੇਰਕਾ ਵੱਲੋਂ ਸਰਦਾਰ ਚਰਨਜੀਤ ਚੰਨੀ ਨੇ ਅਗਰ ਕੋਈ ਗਲਤ ਕੀਤਾ ਹੈ ਕੋਈ ਗਬਰਨ ਕੀਤਾ ਹੈ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ ਲੇਕਿਨ ਮੇਰਾ ਇਤਰਾਜ ਸਿੰਪਲ ਇਹ ਆ ਕਿ 바ਵਾ ਸਾਹਿਬ ਅੰਬੇਦਕਰ ਦੇ ਦਿਨ ਵਾਲੇ ਦਿਨ ਉਹਨੂੰ ਬੁਲਾਣਾ ਤਾਂਕੀ 바ਵਾ ਸਾਹਿਬ ਅੰਬੇਦਕਰ ਦੇ ਪ੍ਰੋਗਰਾਮ ਦੇ ਸ਼ਾਮਿਲ ਨਾ ਹੋ ਸਕੇ ਇੱਕ ਘਟੀਆ ਮਾਨਸਿਕਤਾ ਹੈ ਬਈ ਤੁਸੀਂ ਉਹਨਾਂ ਨੂੰ 15 ਨੂੰ 16 ਨੂੰ 17 ਨੂੰ 18 ਨੂੰ ਬਈ 20 ਨੂੰ ਤੁਸੀਂ ਬੁਲਾਇਆ ਹੀ ਹੋਇਆ ਸੀ ਰਾਜਕੁਮਾਰ ਵੇਰਕਾ ਕੀ ਕਹਿੰਦੇ ਆ ਉਹ ਕਹਿੰਦੇ ਠੀਕ ਹੈ ਕਹਿੰਦੇ ਚਰਨਜੀਤ ਸਿੰਘ ਚੰਨੀ ਜੇ ਨੇ ਜੇ ਕੋਈ ਕ腐ਸ਼ਨ ਕੀਤੀ ਆ ਜਾਂ ਕੋਈ ਇਸ ਤਰ੍ਹਾਂ ਦਾ ਭ੍ਰਸ਼ਟਾਚਾਰ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਵੇ ਪਰ ਕਹਿੰਦੇ ਜਿਸ ਤਰ੍ਹਾਂ ਦੀ ਜਨਤਿ ਅੱਜ ਮਨਾਈ ਜਾ ਰਹੀ ਆ ਅੰਬੇਦਕਰ ਜਨਤਿ ਅੰਬੇਦਕਰ ਜਨਤਿ ਵਾਲੇ ਦਿਨ ਕਿਉਂ ਕੀ ਇਹ ਸਰਕਾਰ ਐਂਟੀ ਦਲਿਤਾ ਦਲਤਾਂ ਦੇ ਵਿਰੁੱਧ ਦਾ ਯਾਨੀ ਕਿ ਬੇਸਿਕਲੀ ਜੇ ਦੇਖਿਆ ਜਾਵੇ ਤੇ ਰਾਜਕੁਮਾਰ ਵੇਰਕਾ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਇੱਕ ਪਾਸੇ ਤਾਂ ਦਲਿਤ ਪੋਲਿਟਿਕਸ ਤਾਂ ਚਲੋ ਕਰ ਹੀ ਰਿਹਾ ਕਿਉਂਕਿ ਉਹ ਕਰਦੇ ਨੇ ਪਰ ਦੂਸਰੇ ਪਾਸੇ ਉਹ ਇਹ ਵੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਲਾ ਰਿਹਾ ਕਿ ਤੁਸੀਂ ਐਂਟੀ ਦਲੇਤੋ ਇਹਨਾਂ ਦੇ سپورਟ ਦੇ ਵਿੱਚ ਅੱਜ ਪ੍ਰਤਾਪ ਸਿੰਘ ਬਾਜਵਾ ਵੀ ਆਏ ਆ ਉਹਨਾਂ ਨੇ ਵੀ ਕਿਹਾ ਕਿ ਅੰਬੇਦਕਰ ਜਨਤੀ ਵਾਲੇ ਦਿਨ ਬੁਲਾਉਣਾ ਤਾਂ ਆਪਣੇ ਆਪ ਦੇ ਵਿੱਚ ਗਲਤ ਆ ਸੋ ਇਹ ਸਾਰੀਆਂ ਗੱਲਾਂ ਤੇ ਆ ਇੱਕ ਚੀਜ਼ ਹੋਰ ਵੀ ਆ ਰਹੀ ਆ ਇਹ ਸਵਾਲ ਪੰਜਾਬ ਸਰਕਾਰ ਤੇ ਵਿਜੀਲੈਂਸ ਬਿਊਰੋ ਤੇ ਵੀ ਆ ਰਿਹਾ ਕਿ ਜਦੋਂ ਤੁਹਾਡਾ ਪੀਐਸ ਆਈਈਸੀ ਦਾ ਮਾਮਲਾ ਸੀ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਉੱਥੇ ਆਈਐਸ ਅਫੀਸਰ ਨੀਲਮਾ ਉਹਨਾਂ ਤੇ ਐਫਆਈਆਰ ਹੋਈ ਸੀ ਉਹਨਾਂ ਨੂੰ ਅਜ ਤੱਕ ਤੁਸੀਂ ਬੁਲਾਇਆ ਹੀ ਨਹੀਂ ਜੇ ਉਹਨਾਂ ਨੂੰ ਛੂਟ ਦਿੱਤੀ ਜਾ ਸਕਦੀ ਆ ਪਰ ਕਿਉਂਕਿ ਉੱਥੇ ਅਫਸਰ ਇਕੱਠੇ ਹੋਗੇ ਸੀ ਤੇ ਫਿਰ ਚਰਨਜੀਤ ਸਿੰਘ ਚੰਨੀ ਨੂੰ ਵੀ ਮਾੜੀ-ਮੋਟੀ ਛੁੱਟ ਤਾਂ ਦਿੱਤੀ ਜਾ ਸਕਦੀ ਸੀ ਜਲੰਧਰ ਦੀ 22 ਇਲੈਕਸ਼ਨ ਜਿਮਣੀ ਚੋਣ 10 ਮਈ ਨੂੰ ਹੋਣੀ ਆ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਇਸ ਦੌਰਾਨ ਕਾਂਗਰਸ ਦੇ ਕੈਂਡੀਡੇਟ ਸੰਤੋਖ ਸਿੰਘ ਚੌਧਰੀ ਚੌਧਰੀ ਸੰਤੋਖ ਜੀ ਨੇ ਉਹ ਆਪਾਂ ਕਹਿ ਦਿੰਦੇ ਆ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਪਤਨੀ ਨੇ ਆਪਣੇ ਕਾਗਜ਼ ਕਰਮਜੀਤ ਕੌਰ ਭਰ ਦਿੱਤੇ ਆ ਪਰ ਇਸ ਮੌਕੇ ਤੇ ਕਾਂਗਰਸ ਦੀ ਬੜੀ ਅਨੋਖੀ ਇਕਜੁੱਟਤਾ ਦੇਖਣ ਨੂੰ ਮਿਲੀ ਜੋ ਯੂਨਿਟੀ ਦੇਖਣ ਨੂੰ ਮਿਲੀ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਆ ਤੇ ਕਈ ਕਾਂਗਰਸ ਦੇ ਲੀਡਰ ਸੀ ਉਹ ਕਹਿੰਦੇ ਹੋਏ ਇਹ ਵੀ ਸੁਣੇ ਗਏ ਕਿ ਜੇ ਸਨ 2022 ਦੇ ਵਿੱਚ ਇਸ ਤਰ੍ਹਾਂ ਦੀ ਯੂਨਿਟੀ ਹੋ ਜਾਂਦੀ ਸ਼ਾਇਦ ਅਸੀਂ 18 ਸੀਟਾਂ ਤੇ ਨਾ ਨਿਭੜਦੇ ਹੋ ਸਕਦਾ ਅਸੀਂ ਇਸ ਤੋਂ ਵੱਧ ਸੀਟਾਂ ਲੈ ਜਾਂਦੇ ਕਈ ਤਾਂ ਇੱਥੋਂ ਤੱਕ ਦਾਅਵੇ ਕਰਦੇ ਆ ਕਹਿੰਦੇ ਸ਼ਾਇਦ ਸਰਕਾਰ ਹੀ ਬਣਾ ਲੈਂਦੇ ਖੈਰ ਦਾਅਵੇ ਕਰਨ ਦੇ ਵਿੱਚ ਕੋਈ ਹਰਜ਼ ਨਹੀਂ ਆ ਪਰ ਜਿਹੜੀ ਯੂਨਿਟੀ ਦੇਖਣ ਨੂੰ ਮਿਲੀ ਤੁਸੀਂ ਦੇਖੋ ਉੱਥੇ ਹਰੀਸ਼ ਚੌਧਰੀ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਉਹ ਉੱਥੇ ਮੌਜੂਦ ਸੀ ਅਮਰਿੰਦਰ ਸਿੰਘ ਰਾਜਾ ਬਣਿੰਗ ਉਸੇ ਸਟੇਜ ਤੇ ਮੌਜੂਦ ਸੀ ਉਹਨਾਂ ਦੇ ਨਾਲ ਆਪੋਜੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਉਹ ਵੀ ਉੱਥੇ ਸੀ ਤੇ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ 1 ਅਪ੍ਰੈਲ ਨੂੰ ਰਿਹਾਈ ਹੋਈ ਹੈ ਜੇਲ੍ਹ ਤੋਂ ਉਹ ਵੀ ਉੱਥੇ ਸੀ ਤੇ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ ਘਰ ਗਏ ਸੀ ਅਵਤਾਰ ਹੈਨਰੀ ਉਹ ਵੀ ਉੱਥੇ ਸੀ ਔਰ ਇਸੇ ਤਰ੍ਹਾਂ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਵੀ ਘਰ ਗਏ ਸੀ ਉਹਨਾਂ ਦੇ ਘਰੇ ਲੰਚ ਕੀਤਾ ਸੀ ਜਾ ਕੇ ਉਹ ਵੀ ਉੱਥੇ ਸੀ ਔਰ ਉਹਨਾਂ ਨੂੰ ਜਿਸ ਤਰ੍ਹਾਂ ਆਪਸ ਦੇ ਵਿੱਚ ਸਾਰੇ ਇੱਕ ਦੂਸਰੇ ਨੂੰ ਬਾਹਾਂ ਫੜ ਕੇ ਬਿਠਾ ਰਹੇ ਸੀ ਕੁਰਸੀਆਂ ਤੇ ਆਪਣੀਆਂ ਕੁਰਸੀਆਂ ਛੱਡ ਰਹੇ ਸੀ ਇਹ ਦੇਖ ਕੇ ਬੜਾ ਅਜੀਬ ਤੇ ਬੜਾ ਅਨੋਖਾ ਨਜ਼ਾਰਾ ਲੱਗਾ ਰਾਣਾ ਗੁਰਜੀਤ ਵੀ ਉੱਥੇ ਸੀ ਇਸੇ ਤਰ੍ਹਾਂ ਰਜਿੰਦਰ ਤੌਰ ਭੱਠਲ ਉਹ ਵੀ ਉੱਥੇ ਮੌਜੂਦ ਸੀ ਯਾਨੀ ਕਿ ਜਿਹੜੀ ਤਮਾਮ ਸੀਨੀਅਰ ਲੀਡਰਸ਼ਿਪ ਸੀ ਉਹ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਰਹੀ ਸੀ ਹੋਰ ਵੀ ਬਹੁਤ ਸਾਰੇ ਨੇ ਜੇ ਕਿਸੇ ਦਾ ਅਸੀਂ ਨਾਮ ਨਹੀਂ ਲੈ ਸਕੇ ਤਾਂ ਕੋਈ ਗੱਲ ਨਹੀਂ ਅਗਲੇ ਐਪੀਸੋਡ ਚ ਲੈ ਦਾਂਗੇ ਪਰ ਇਸ ਤੋਂ ਇਲਾਵਾ ਇੱਕ ਬੱਸ ਲੈ ਕੇ ਆਂਦੀ ਸੀ ਸਕੂਲ ਦੀ ਉਹ ਛੋਟੇ ਜਿਹੇ ਬਸੇ ਉਹਦੇ ਵਿੱਚ ਵੀ ਹਰ ਕੋਈ ਲੀਡਰ ਬਣਨ ਨੂੰ ਤਿਆਰ ਸੀ ਕਿ ਮੈਂ ਨਾ ਕਿਤੇ ਪਿੱਛੇ ਰਹਿ ਜਾ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਯੂਨਿਟੀ ਕਾਂਗਰਸ ਦੇ ਵਿੱਚ ਬੜੀ ਦੇਰ ਬਾਅਦ ਨਜ਼ਰ ਆਈ ਆ ਪਰ ਇਹ ਯੂਨਿਟੀ ਰਹੂਗੀ ਕਦੋਂ ਤੱਕ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕੀ ਇਹ ਯੂਨਿਟੀ ਜਿਹੜੀ ਜੋ ਸਾਨੂੰ ਇੱਕਜੁੱਟਤਾ ਦੇਖਣ ਨੂੰ ਮਿਲ ਰਹੀ ਆ ਕੀ ਇਹ ਥੋੜੀ ਦੇਰ ਲਈ ਆ ਕਿਉਂਕਿ ਸਾਰਿਆਂ ਨੂੰ ਲੱਗਦਾ ਕਿ ਸਾਡੇ ਤੇ ਹੁਣ ਨਜ਼ਰ ਆ ਘਟੋ ਘਟ ਅਸੀਂ ਸੀਟ ਜਿੱਤ ਜਿਏ ਜੇ ਕਾਂਗਰਸ ਇਹ ਸੀਟ ਹਾਰਦੀ ਆ ਤੇ ਕਾਂਗਰਸ ਲਈ ਮੈਨੂੰ ਲੱਗਦਾ ਇੱਕ ਬੜੀ ਵੱਡੀ ਹਾਰ ਇਸ ਕਰਕੇ ਹੋਏਗੀ ਕਿਉਂਕਿ ਪਿਛਲੀਆਂ ਚੋਣਾਂ ਦੇ ਦੌਰਾਨ ਪੰਜ ਵਾਰ ਉਹ ਸੀਟ ਜਿੱਤ ਚੁੱਕਿਆ ਤੇ ਆਮ ਆਦਮੀ ਪਾਰਟੀ ਦਾ ਵੀ ਸਾਰਾ ਕੁਝ दांव ਤੇ ਲੱਗਾ ਹੋਇਆ ਸੋ ਬਾਜ਼ੀ ਆ ਜਿਹੜੀ ਉਹ ਮੁੱਖ ਤੌਰ ਤੇ ਦੇਖਣ ਨੂੰ ਤਾਂ ਇਹੀ ਲੱਗ ਰਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਲੜਾਈ ਆ ਹਾਂ ਬਾਕੀ ਪਾਰਟੀਆਂ ਵੀ ਆਪਣੀਆਂ ਪੋਜੀਸ਼ਨਾਂ ਸੁਧਾਰ ਸਕਦੀਆਂ ਪਰ ਮੌਕੇ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ 10 ਮਈ ਨੂੰ ਆ ਕਾਫੀ ਦਿਨ ਪਏ ਆ ਕਦੋਂ ਪਾਸਾ ਪਲਟ ਜੇ ਕਿਹਦੇ ਫੇਵਰ ਚ ਹੋ ਜੇ ਇਹ ਤਾਂ ਖੈਰ ਮੌਕਾ ਹੀ ਦੱਸੇਗਾ ਹੁਣ ਚੱਲਦੇ ਆ ਰਾਜਸਥਾਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਜਿਹੜੇ ਮੁੱਖ ਮੰਤਰੀ ਨੇ ਕਾਂਗਰਸ ਦੇ ਮੁੱਖ ਮੰਤਰੀ ਨੇ ਅਸ਼ੋਕ ਗਹਿਲੌਤ ਉਹਨਾਂ ਦੀ ਤੇ ਸਚਿਨ ਪਾਇਲਟ ਉਹਨਾਂ ਦੀ ਬਿਲਕੁਲ ਨਹੀਂ ਬਣਦੀ ਪਿਛਲੇ ਕਾਫੀ ਸਮੇਂ ਤੋਂ ਬਲਕਿ ਜਦੋਂ ਤੋਂ ਸਨ 2018 ਤੋਂ ਇਹ ਸਰਕਾਰ ਬਣੀ ਹੋਈ ਆ ਆਪਸ ਦੇ ਵਿੱਚ ਮਤਭੇਦ ਆਪਸ ਦੇ ਵਿੱਚ ਟਕਰਾਅ ਉਹ ਲਗਾਤਾਰ ਵੇਖਣ ਨੂੰ ਸਾਨੂੰ ਮਿਲ ਰਹੇ ਆ ਔਰ ਤੁਸੀਂ ਇਹ ਵੀ ਦੇਖੋ ਕਿ ਸਚਿਨ ਪਾਇਲਟ ਜਿਹੜੇ ਉੱਥੋਂ ਦੇ ਕਾਂਗਰਸ ਦੇ ਪ੍ਰਧਾਨ ਸੀ ਰਾਜਸਥਾਨ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਇਸ ਆਪਸੀ ਟਕਰਾਅ ਇੰਨਾ ਵੱਧ ਗਿਆ ਸੀ ਕਿ ਉਹਨਾਂ ਤੋਂ ਸਨ 2020 ਦੇ ਵਿੱਚ ਅਸਤੀਫਾ ਲੈਣਾ ਪਿਆ ਮੈਂ ਇਥੇ ਰਾਜਸਥਾਨ ਦੀ ਗੱਲ ਸਿਰਫ ਅਸ਼ੋਕ ਘਹਿਲੌਤ ਦੀ ਜਾਂ ਸਚਨ ਪਾਇਲਟ ਦੀ ਨਹੀਂ ਕਰ ਰਿਹਾ। ਦਰਅਸਲ ਇੱਕ ਇਹਦੇ ਵਿੱਚ ਇੱਕ ਤੀਸਰਾ ਪਲੇਅਰ ਆ ਔਰ ਉਹ ਪੰਜਾਬ ਦਾ ਪਲੇਅਰ ਆ। ਉਹਨੂੰ ਲੈ ਕੇ ਆਉਣਾ ਚਾਹੁੰਦਾ ਉਹ ਕੌਣ ਕੈਰੇਕਟਰ ਆ ਉਹ ਹੈ ਸੁਖਜਿੰਦਰ ਸਿੰਘ ਰੰਧਾਵਾ। ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜਿਆ ਗਿਆ ਸੀ ਦਸੰਬਰ ਦੇ ਮਹੀਨੇ ਦੇ ਵਿੱਚ ਤੁਹਾਨੂੰ ਤੁਸੀਂ ਯਾਦ ਕਰੋ 5 ਤੇ 6 ਦਸੰਬਰ ਨੂੰ ਇਹ ਫੈਸਲਾ ਹੋਇਆ ਸੀ। ਔਰ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਉੱਥੇ ਅਸੀਂ ਇਨਚਾਰਜ ਬਣਾ ਕੇ ਭੇਜ ਰਹੇ ਹਾਂ। ਤੇ ਜਾ ਕੇ ਤੁਸੀਂ ਲੜਾਈ ਖਤਮ ਕਰਾਓ ਆਪਸ ਦੇ ਵਿੱਚ ਸੁਲਾ ਸਫਾਈ ਕਰਾਓ ਪਰ ਸੁਲਾ ਸਫਾਈ ਤਾਂ ਕਰ ਹੋਈ ਨਹੀਂ ਆ 5 ਮਹੀਨੇ ਹੋ ਗਏ ਇੱਥੋਂ ਤੱਕ ਗੱਲ ਵੱਧ ਗਈ ਕਿ ਸਚਿਨ ਪਾਇਲਟ ਨੂੰ ਭੁੱਖ ਹੜਤਾਲ ਤੇ ਬੈਠਣਾ ਪਿਆ ਆਪਣੇ ਹੀ ਮੁੱਖ ਮੰਤਰੀ ਦੇ ਖਿਲਾਫ ਤੇ ਉਹਨਾਂ ਦੀ ਮੰਗ ਕੀ ਸੀ ਕਹਿੰਦੇ ਜਿਹੜੇ ਸਾਬਕਾ ਬੀਜੇਪੀ ਦੇ ਮੁੱਖ ਮੰਤਰੀ ਨੇ ਵਸੁੰਧਰਾ ਰਾਜੇ ਉਹਨਾਂ ਦੇ ਖਿਲਾਫ ਇਨਕੁਆਰੀ ਸ਼ੁਰੂ ਕਰੋ ਉਹਨਾਂ ਦੇ ਖਿਲਾਫ ਜਾਂਚ ਸ਼ੁਰੂ ਕਰੋ ਖੈਰ ਉਹਨਾਂ ਦੀ ਮੰਗ ਸੀ ਪਰ ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਫਸ ਗਏ। ਉਹਨਾਂ ਨੂੰ ਉੱਥੇ ਅਸ਼ੋਕ ਗਹਿਲੌਤ ਦੇ ਨੇੜੇ ਮੰਨਿਆ ਜਾਣ ਲੱਗ ਗਿਆ। ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਕਿ ਸੁਖਜਿੰਦਰ ਰੰਧਾਵਾ ਦੇ ਜਾਣ ਤੋਂ ਪਹਿਲਾਂ ਉੱਥੇ ਅਜੇ ਮਾਕਨ ਸੀ ਔਰ ਅਜੇ ਮਾਕਨ ਨੂੰ ਸਚਿਨ ਪਾਇਲਟ ਦੇ ਨੇੜੇ ਮੰਨਿਆ ਜਾਂਦਾ ਸੀ। ਇਸੇ ਕਰਕੇ ਦਸੰਬਰ ਦੇ ਮਹੀਨੇ ਦੇ ਵਿੱਚ ਸੁਖਜਿੰਦਰ ਰੰਧਾਵੇ ਨੂੰ ਭੇਜਤਾ ਸੁਖਜਿੰਦਰ ਸਿੰਘ ਰੰਧਾਵਾ ਚਲੇ ਤਾਂ ਗਏ ਪਰ ਉਹਨਾਂ ਨੇ ਜਿਸ ਤਰ੍ਹਾਂ ਕਾਰਵਾਈ ਕਰਨ ਦੀ ਗੱਲ ਕੀਤੀ ਡਿਸਪਲਿਨਰੀ ਉਹ ਕਹਿੰਦੇ ਸਚਨ ਪਾਇਲਟ ਤੇ ਅਨੁਸ਼ਾਸਨਿਕ ਕਾਰਵਾਈ ਹੋਊਗੀ ਚਾਰ ਨੋਟਿਸ ਭੇਜੇ ਗਏ ਸਚਨ ਪਾਇਲਟ ਨੂੰ ਪਰ ਸਭ ਤੋਂ ਖਤਰਨਾਕ ਨੋਟਿਸ ਉਹ ਸਾਬਿਤ ਹੋਇਆ ਜਿਹੜਾ ਟ੍ਰਿਗਰਿੰਗ ਪੁਆਇੰਟ ਬੜਿਆ ਉਸੇ ਜਿਹੜਾ ਰਾਤ ਨੂੰ 11 ਵਜੇ ਨੋਟਿਸ ਗਿਆ ਇੱਕੋ ਦਮ ਗੱਲ ਉੱਤੇ ਤੱਕ ਪਹੁੰਚੀ ਰਾਹੁਲ ਗਾਂਧੀ ਤੱਕ ਪਹੁੰਚੀ ਔਰ ਇੱਥੋਂ ਤੱਕ ਕਿ ਮਲਿਕਾ ਅਰਜਨ ਖੜਗੇ ਤੱਕ ਗੱਲ ਪਹੁੰਚੀ ਮਲਿਕਾ ਅਰਜਨ ਖੜਗੇ ਨੇ ਬਲਕਿ ਇਹਨਾਂ ਨੂੰ ਬੁਲਾ ਵੀ ਲਿਆ ਸੁਖਦੇਂਦਰ ਸਿੰਘ ਰਧਾਵਾ ਨੂੰ ਆਪਸ ਦੇ ਵਿੱਚ ਕੀ ਗੱਲਬਾਤ ਹੋਈ ਇਹਦੀ ਤਾਂ ਗੱਲ ਕੋਈ ਪਤਾ ਨਹੀਂ ਲੱਗੀ ਪਰ ਇਹਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸ ਦੇ ਲੀਡਰ ਕਮਲਨਾਥ ਨੂੰ ਉੱਥੇ ਭੇਜ ਦਿੱਤਾ ਗਿਆ ਉਹਨਾਂ ਨੂੰ ਲੱਗਿਆ ਕਿ ਗੱਲ ਹੁਣ ਸੁਖਜਿੰਦਰ ਸਿੰਘ ਰੰਧਾਵਾ ਤੋਂ ਬਾਹਰ ਹੋ ਗਈ ਆ ਇਹਨਾਂ ਦੇ ਵੱਸ ਦੇ ਵਿੱਚ ਨਹੀਂ ਰਹੀ ਆ ਤੇ ਉਹਨਾਂ ਨੂੰ ਕਮਲਨਾਥ ਨੂੰ ਤੁਰੰਤ ਉੱਥੇ ਭੇਜਿਆ ਗਿਆ ਤਾਂ ਕਿ ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਰਾਜਸਥਾਨ ਦੇ ਵਿੱਚ ਵੀ ਕਿਤੇ ਪੰਜਾਬ ਨਾ ਹੋ ਜਾਏ ਅੱਜ ਦੇ ਦੌਰ ਦੇ ਵਿੱਚ ਜੇ ਤੁਸੀਂ ਦੇਖੋ ਕਿ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਪੋਜੀਸ਼ਨ ਕੋਈ ਬਹੁਤ ਜ਼ਿਆਦਾ ਮਾੜੀ ਨਹੀਂ ਆਹਾ ਐਂਟੀ-ਇੰਕੰਮਬੈਂਸੀ ਤਾਂ ਹੋਣੀ ਆ ਔਰ ਅਗਲੇ ਸਾਲ ਇਸੇ ਸਾਲ ਹੀ ਬਲਕਿ ਸਨ 2023 ਦੇ ਵਿੱਚ ਹੀ ਉਹਨਾਂ ਦੀਆਂ ਚੋਣਾਂ ਵੀ ਹੋਣੀਆਂ ਸਨ 2023 ਦੇ ਵਿੱਚ ਹੀ ਪਰ ਇਸ ਦੌਰਾਨ ਅਗਰ ਉੱਥੇ ਪੰਜਾਬ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ ਜਿਸ ਤਰ੍ਹਾਂ ਇੱਥੇ ਹੋ ਗਏ ਸੀ ਤੇ ਸ਼ਾਇਦ ਕਾਂਗਰਸ ਨੂੰ ਇਹ ਵੀ ਸਟੇਟ ਆਪਣੇ ਹੱਥੋਂ ਗਵਾਉਣੀ ਪਵੇ ਇਸੇ ਕਰਕੇ ਕਮਲਨਾਥ ਨੂੰ ਭੇਜਿਆ ਗਿਆ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਕਿ ਤੁਸੀਂ ਥੋੜਾ ਜਿਹਾ ਬੈਕਫੁੱਟ ਤੇ ਆਓ ਥੋੜਾ ਜਿਹਾ ਪਿੱਛੇ ਹਟਜੋ ਵੈਸੇ ਮੈਨੂੰ ਇਹ ਵੀ ਪਤਾ ਲੱਗਾ ਕਿ ਉਹਨਾਂ ਦੇ ਖਿਲਾਫ ਉੱਪਰਲੇ ਸਰਕਲਸ ਦੇ ਵਿੱਚ ਸੀਨੀਅਰ ਕਮਾਂਡ ਦੇ ਵਿੱਚ ਕਿਤੇ ਨਾ ਕਿਤੇ ਨਾ ਰਾਸਗੀ ਵੀ ਆ ਜੇ ਹਾਲਾਤ ਰਾਜਸਥਾਨ ਦੇ ਠੀਕ ਨਹੀਂ ਤੇ ਕਰਨਾਟਕ ਦੇ ਵੀ ਹੋਊਗਾ ਬਹੁਤ ਵਧੀਆ ਨਹੀਂ ਹੈ ਬਲਕਿ ਉੱਥੇ ਤਾਂ ਬਗਾਵਤ ਹੋ ਗਈ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਸੂਬੇ ਦੇ ਵਿੱਚ ਕਰਨਾਟਕ ਸੂਬੇ ਦੇ ਵਿੱਚ ਜੇ ਕਿਤੇ ਇਹ ਇਲੈਕਸ਼ਨ ਹਾਰ ਜਾਂਦੀ ਆ ਤੇ ਤੁਸੀਂ ਇਹ ਯਕੀਨ ਮੰਨੋ ਕਿ ਉਹਨਾਂ ਦੇ ਸਾਊਥ ਦੇ ਵਿੱਚ ਜਿੰਨੀਆਂ ਸਦਰਨ ਸਟੇਟਸ ਨੇ ਉਥੇ ਲਗਭਗ ਦਰਵਾਜ਼ੇ ਬੰਦ ਹੋ ਜਾਂਦੇ ਆ ਕਿਤੇ ਕਿਤੇ ਹੋਰ ਹੈ ਨਹੀਂ ਤੁਸੀਂ ਚਾਹੇ ਤਾਮਿਲਨਾਡੂ ਦੀ ਗੱਲ ਕਰੋ ਚਾਹੇ ਕੇਰਲ ਦੀ ਗੱਲ ਕਰੋ ਚਾਹੇ ਆਂਧਰਾ ਪ੍ਰਦੇਸ਼ ਦੀ ਗੱਲ ਕਰੋ ਚਾਹੇ ਤੇਲੰਗਾਨਾ ਦੀ ਗੱਲ ਕਰ ਲਓ ਉਥੇ ਕਿਤੇ ਨਹੀਂ ਆ ਇਹੀ ਇੱਕ ਸੂਬਾ ਸੀ ਕਰਨਾਟਕ ਜਿੱਥੇ ਭਾਰਤੀ ਜਨਤਾ ਪਾਰਟੀ ਬਹੁਤ ਸਟਰੋਂਗ ਸੀ ਯਦੁਰੱਪਾ ਨੂੰ ਪਹਿਲਾ ਇੱਥੇ ਬਣਾਇਆ ਗਿਆ ਮੁੱਖ ਮੰਤਰੀ ਉਸ ਤੋਂ ਬਾਅਦ ਹੁਣ ਬਸਵਾ ਰਾਜ ਬੁੰਮਈ ਨੇ ਪਰ ਇਸ ਤੇ ਇਸ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਭ੍ਰਿਸ਼ਟਾਚਾਰ ਦੇ ਦੋਸ਼ ਬਹੁਤ ਲੱਗ ਰਹੇ ਨੇ ਔਰ ਇੰਨੇ ਕਿ ਸੰਗੀਨ ਨੇ ਕਿ ਉੱਥੋਂ ਦੀ ਸਰਕਾਰ ਨੂੰ 40% ਦੀ ਸਰਕਾਰ ਕਿਹਾ ਜਾਂਦਾ ਔਰ ਇਹ ਅਕਸਰ ਹੋਇਆ ਪਿੱਛੇ ਜੇ ਕਾਂਗਰਸ ਨੇ ਉੱਥੇ ਪ੍ਰਦਰਸ਼ਨ ਵੀ ਕੀਤੇ ਸੀ ਤੇ ਤੁਸੀਂ ਦੇਖਿਆ ਆਪਾਂ ਸਾਰੇ ਪੀਟੀਐਮ ਯੂਜ਼ ਕਰਦੇ ਆ ਤੇ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਪੇ ਸੀਐਮ ਉਹਦੇ ਪਲੇਕਾਰਡਸ ਲੈ ਕੇ ਉਹਦੇ ਇੱਕ ਤਰ੍ਹਾਂ ਦੀਆਂ ਤਖਤੀਆਂ ਲੈ ਕੇ ਉਹ ਪਹੁੰਚ ਗਿਆ ਸੀ ਪ੍ਰਦਰਸ਼ਨ ਹੋਇਆ ਸੀ ਹੁਣ ਮੈਂ ਇਹ ਗੱਲ ਕਰਦਾ ਕਿ ਉੱਥੇ ਹੋਇਆ ਕੀ ਹੈ ਦਰਸਲ 200 224 ਸੀਟਾਂ ਕਾਂਗਰਸ ਨੇ ਆਪਣੀਆਂ ਪਹਿਲੇ ਹੀ ਸੀਟਾਂ ਐਲਾਨ ਦਿੱਤੀਆਂ ਕੁਝ ਸੀਟਾਂ ਉਹਨਾਂ ਦੀਆਂ ਰਹਿ ਗਈਆਂ ਪਰ 212 ਵਿਅਕਤੀਆਂ ਦੀਆਂ ਜਿਹੜੀਆਂ ਸੀਟਾਂ ਆਈਆਂ ਨੇ ਜਾਂ ਜਿਹੜੀਆਂ ਟਿਕਟਾਂ ਅਨਾਉਂਸ ਕੀਤੀਆਂ ਨੇ 224 ਉੱਥੇ ਟੋਟਲ ਸੀਟਾਂ ਨੇ ਉਹਨਾਂ ਦੇ ਵਿੱਚੋਂ 212 ਟਿਕਟਾਂ ਜਦੋਂ ਅਨਾਉਂਸ ਹੋਈਆਂ ਤੇ ਇੱਕੋ ਦਮ ਉੱਥੇ ਬਗਾਵਤ ਆ ਗਈ। ਬਹੁਤ ਸਾਰੇ ਤੁਸੀਂ ਦੇਖੋ ਤਿੰਨ ਟਾਈਮ ਦੇ ਉੱਥੇ ਐਮਐਲਏ ਨੇ ਐਮਪੀ ਕੁਮਾਰਾ ਸਵਾਮੀ ਉਹਨਾਂ ਨੇ ਤਾਂ ਰਿਜ਼ਾਈਨ ਹੀ ਕਰਤਾ। ਇਸੇ ਤਰ੍ਹਾਂ ਨਹਿਰੂ ਔਲੇਕਰ ਉਹ ਕਹਿੰਦੇ ਕਿ ਮੈਂ ਵੀ ਪਾਰਟੀ ਛੱਡ ਜਾਣੀ ਆ। ਇਸੇ ਤਰ੍ਹਾਂ 9 ਬੀਜੇਪੀ ਦੇ ਕਾਉਂਸਲਰ ਨੇ ਸ਼ਿਵਮੋਗਾ ਕਾਰਪੋਰੇਸ਼ਨ ਆ ਉੱਥੇ ਉਸ ਕਾਰਪੋਰੇਸ਼ਨ ਦੇ 9 ਕਾਉਂਸਲਰ ਉਹਨਾਂ ਨੇ ਆਲਰੇਡੀ ਰਿਜ਼ਾਈਨ ਕਰਤਾ 13500 ਬੀਜੇਪੀ ਦੇ ਵਰਕਰਸ ਨੇ ਉਹਨਾਂ ਨੇ ਰਿਜ਼ਾਈਨ ਕਰਤਾ ਟਿਕਟਾ ਮਿਲਣ ਦਾ ਇੰਨਾ ਕਿ ਉੱਥੇ ਰੌਲਾ ਪਿਆ ਹੋਇਆ ਇੱਥੋਂ ਤੱਕ ਕਿ ਜਿਹੜੇ ਬੀਐਸ ਯੱਦੂ ਰੱਪਾ ਖੁਦ ਮੁੱਖ ਮੰਤਰੀ ਦੇ ਦਾਵੇਦਾਰ ਨੇ ਉਹਨਾਂ ਨੂੰ ਜਾਣਾ ਪਿਆ ਸੀ ਉਹ ਆਪਣੇ ਮਨ ਦੇ ਵਿੱਚ ਕੀ ਗਰਜ ਪਾਲ ਰਹੇ ਨੇ ਜਾਂ ਉਹਨਾਂ ਨੂੰ ਕਿਸ ਗੱਲ ਦਾ ਸਾਰੇ ਨੂੰ ਦੁੱਖ ਆ ਇਹ ਆਪਾਂ ਭਲੀ ਭੰਤੀ ਸਮਝ ਸਕਦੇ ਹਾਂ ਬੜੀ ਜਲਦੀ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਉਹਨਾਂ ਦੇ ਮੁੰਡੇ ਨੂੰ ਵੀ ਟਿਕਟ ਨਹੀਂ ਮਿਲੀ ਦੂਸਰੇ ਪਾਸੇ ਇੰਨਾ ਕਿ ਜ਼ਿਆਦਾ ਉੱਥੇ ਵਿਰੋਧ ਸ਼ੁਰੂ ਹੋ ਗਿਆ ਕਿ ਇੱਥੋਂ ਤੱਕ ਕਿ ਘੱਟੋ-ਘੱਟ ਜਿਹੜੇ ਸਿਟਿੰਗ ਐਮਐਲਏ ਸੇ ਛਾਟ ਨਵੇਂ ਚਿਹਰੇ ਉੱਥੇ ਲੈ ਕੇ ਆਂਦੇ ਆ ਤੁਸੀਂ ਇਹ ਕਿ ਯਾਦ ਕਰੋ ਗੁਜਰਾਤ ਦੇ ਵਿੱਚ ਜਦੋਂ ਐਂਟੀ-ਇੰਕੰਮਬੈਂਸੀ ਜਾਂ ਸਰਕਾਰ ਦੇ ਵਿਰੋਧ ਦੇ ਵਿੱਚ ਬਹੁਤ ਸਾਰਾ ਜਿਹੜਾ ਐਂਟੀ-ਇੰਕੰਮਬੈਂਸੀ ਦਿਖਾਈ ਜਾ ਰਹੀ ਸੀ ਰੋਸ ਸੀ ਲੋਕਾਂ ਦੇ ਵਿੱਚ ਤਾਂ ਉੱਥੇ ਸਾਰੇ ਦਾ ਸਾਰਾ ਮੰਤਰੀ ਮੰਡਲ ਬਦਲ ਦਿੱਤਾ ਗਿਆ ਸੀ ਕੁਝ ਇਸੇ ਤਰ੍ਹਾਂ ਦੀ ਸਟ੍ਰੈਟਜੀ ਭਾਰਤੀ ਜਨਤਾ ਪਾਰਟੀ ਕਰਨਾਟਕ ਦੇ ਵਿੱਚ ਵੀ ਲੈ ਕੇ ਆਉਣਾ ਚਾਹੁੰਦੀ ਆ ਕਿ ਚਿਹਰੇ ਬਦਲ ਦੋ ਜਦੋਂ ਚਿਹਰੇ ਨਹੀਂ ਰਹਿਣਗੇ ਤੇ ਲੋਕਾਂ ਨੂੰ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਰਹੇਗੀ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਨਹੀਂ ਹੋਊਗਾ ਤੇ ਸ਼ਾਇਦ ਉਹ ਜਿੱਤ ਜਾਣਗੇ ਇਸ ਤਰ੍ਹਾਂ ਦੀ ਵੀ ਆ ਪਰ ਕਰਨਾਟਕ ਜਿਹੜੀ ਸਟੇਟ ਆ ਜੇ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਜਾਂਦੀ ਆ ਤੇ ਇਹ ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਦੇ ਲਈ ਇੱਕ ਬਹੁਤ ਵੱਡੀ ਮਯੂਸੀ ਦਾ ਕਾਰਨ ਇਸ ਕਰਕੇ ਹੀ ਹੋਵੇਗਾ ਕਿ ਇਸ ਤੋਂ ਬਾਅਦ ਤੇਲੰਗਾਨਾ ਦੀ ਚੋਣ ਆ ਇਸ ਤੋਂ ਬਾਅਦ ਛਤੀਸਗੜ੍ਹ ਦੀ ਚੋਣ ਆ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੀ ਚੋਣ ਆ ਤੇ ਇਸ ਤੋਂ ਬਾਅਦ ਰਾਜਸਥਾਨ ਦੀ ਚੋਣ ਆ ਤੇ ਇੱਕ ਵਾਰੀ ਜਦੋਂ ਇਸ ਤਰ੍ਹਾਂ ਦਾ ਕੰਮ ਚੱਲ ਪੇ ਤੇ ਕਈ ਇਸ ਤਰ੍ਹਾਂ ਦੇ ਵਿਰੋਧੀ ਧਿਰਾਂ ਦੇ ਜਿਹੜੇ ਹੌਸਲੇ ਆ ਉਹ ਵੱਧ ਜਾਂਦੇ ਆ ਤੇ ਮੈਨੂੰ ਨਹੀਂ ਲੱਗਦਾ ਭਾਰਤੀ ਜਨਤਾ ਪਾਰਟੀ ਚਾਹੂਗੀ ਕਿ ਕੀ ਵਿਰੋਧੀ ਧਿਰਾਂ ਦੇ ਹੌਸਲੇ ਇਸ ਤਰ੍ਹਾਂ ਬੁਲੰਦ ਹੋਣ ਜੇ ਹਾਲਾਤ ਕਾਂਗਰਸ ਦੇ ਰਾਜਸਥਾਨ ਦੇ ਵਿੱਚ ਠੀਕ ਨਹੀਂ ਆ ਜੇ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਕਰਨਾਟਕ ਦੇ ਵਿੱਚ ਠੀਕ ਨਹੀਂ ਆ ਤੇ ਸ਼ਿਵ ਸੇਨਾ ਏਕਨਾਥ ਸ਼ਿੰਦੇ ਤੇ ਭਾਰਤੀ ਜਨਤਾ ਪਾਰਟੀ ਦੀ ਆਪਸ ਦੇ ਵਿੱਚ ਗੱਠਜੋੜ ਨਾਲ ਬਣੀ ਸਰਕਾਰ ਦੇ ਵੀ ਹਾਲਾਤ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਮਹਾਰਾਸ਼ਟਰ ਦੀ ਮੈਂ ਗੱਲ ਕਰ ਰਿਹਾ ਤੁਸੀਂ ਯਾਦ ਕਰੋ ਮਹਾਰਾਸ਼ਟਰ ਦੇ ਵਿੱਚ ਵੀ ਬਗਾਵਤ ਹੋ ਗਈ ਸੀ ਉੱਥੇ ਮਹਾਗਾੜੀ ਸਰਕਾਰ ਸੀ ਕਾਂਗਰਸ ਦੀ ਸੀ ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਤੇ ਨਾਲ ਉਹਨਾਂ ਦੇ ਸੀ ਸ਼ਿਵ ਸੇਨਾ ਹੁਣ ਹੋਇਆ ਕੀ ਆ ਅਦਿੱਤਿਆ ਠਾਕਰੇ ਬਹੁਤ ਵਧੀਆ ਬੋਲਦੇ ਨੇ ਉਧ ਠਾਕਰੇ ਦੇ ਮੁੰਡੇ ਨੇ ਯੰਗ ਨੇ 32 ਸਾਲਾਂ ਦੀ ਉਹਨਾਂ ਦੀ ਉਮਰ ਆ ਉਹਨਾਂ ਨੇ ਵਿਸ਼ਾਖਾਪਟਨਮ ਦੇ ਵਿੱਚ ਇੱਕ ਫੰਕਸ਼ਨ ਸੀ ਯੂਨੀਵਰਸਿਟੀ ਦਾ ਉੱਥੇ ਯੂਨੀਵਰਸਿਟੀ ਦੇ ਵਿੱਚ ਬੋਲਦੇ ਹੋਏ ਇਹ ਕਹਤਾ ਕਹਿੰਦੇ ਏਕਨਾਥ ਸ਼ਿੰਦੇ ਤੇ ਸਾਡੇ ਕੋਲੇ ਆਏ ਸੀ ਮਾਤੋਸ਼ਰੀ ਮਾਤੋਸ਼ਰੀ ਜਗਾ ਦਾ ਨਾਮ ਔਸ ਘਰ ਦਾ ਨਾਮ ਆ ਜਿੱਥੇ ਉਦਵ ਠਾਕਰੇ ਦੀ ਫੈਮਲੀ ਰਹਿੰਦੀ ਆ ਮੁੰਬਈ ਦੇ ਵਿੱਚ ਉਹ ਕਹਿੰਦੇ ਸਾਡੇ ਕੋਲ ਆਏ ਸੀ ਆ ਕੇ ਏਕਨਾਥ ਸ਼ਿੰਦੇ ਰੋਣ ਲੱਗ ਗਏ ਸੀ ਰੋ ਕੇ ਕਹਿੰਦੇ ਕਿ ਮੇਰੇ ਖਿਲਾਫ ਸੈਂਟਰ ਦੀਆਂ ਜਾਂ ਕੇਂਦਰ ਦੀਆਂ ਏਜੰਸੀਆਂ ਲਾਤੀਆਂ ਨੇ ਤੇ ਮੈਨੂੰ ਬਹੁਤ ਜਲਦੀ ਜੇਲ੍ਹ ਹੋਣ ਵਾਲੀ ਆ ਨਹੀਂ ਤਾਂ ਮੈਨੂੰ ਲੱਗਦਾ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਨੀ ਪੈਣੀ ਆ ਇਹ ਰੋਏ ਆ ਕਹਿੰਦੇ ਸਾਡੇ ਕੋਲ ਗੜਗੜਾਏ ਆ ਕੇ ਇਹ ਜਦੋਂ ਗੱਲ ਬਾਹਰ ਆਈ ਤਾਂ ਇਹ ਸਾਰਿਆਂ ਨੇ ਸੋਚਿਆ ਕਿ ਘਟੋ ਘਟ ਏਕਨਾਥ ਸ਼ਿੰਦੇ ਇਸ ਤੇ ਬਿਆਨ ਦੇਣਗੇ ਏਕਨਾਥ ਸ਼ਿੰਦੇ ਦਾ ਬਿਆਨ ਆਉਂਦਾ ਜ਼ਰੂਰ ਆ ਇਹ ਗੱਲ ਬੁੱਧਵਾਰ ਦੀ ਆ ਬੀਤੇ ਬੁੱਧਵਾਰ ਦੀ ਜਿਹੜੀ ਅਦਿੱਤਿਆ ਠਾਕਰੇ ਨੇ ਕਹੀ ਸੀ ਤੇ ਵੀਰਵਾਰ ਨੂੰ ਬੀਤੇ ਇੱਕ ਬਿਆਨ ਆਉਂਦਾ ਕਹਿੰਦੇ ਨਹੀਂ ਹਜੇ ਅਦਿੱਤਿਆ ਠਾਕਰੇ ਬਹੁਤ ਛੋਟੇ ਐ ਇਹਨਾਂ ਨੂੰ ਪਤਾ ਨਹੀਂ ਆ ਅ ਇਹਦੇ ਤਾਂ ਇਹ ਕੈਬਨਿਟ ਮੰਤਰੀ ਜ਼ਰੂਰ ਆ ਪਰ ਇਹਨਾਂ ਦੇ ਵਿੱਚ ਮੈਚਿਓਰਿਟੀ ਉਨੀ ਨਹੀਂ ਆ ਇੰਨਾ ਕੁ ਗੱਲ ਕਰਕੇ ਉਹਨਾਂ ਨੇ ਟਾਲਤੀ ਉਹਨਾਂ ਨੇ ਮਨਾਂ ਨਹੀਂ ਕੀਤਾ ਕਿ ਮੈਂ ਰੋਇਆ ਨਹੀਂ ਲੇਕਿਨ ਉਹਦਾ ਜਿਹੜਾ ਜਵਾਬ ਸੀ ਉਹਨਾਂ ਦੇ ਇੱਕ ਹੋਰ ਐਮਐਲਏ ਨੇ ਦਿੱਤਾ ਜਿਨ੍ਹਾਂ ਦਾ ਨਾਮ ਹੈ ਸੰਤੋਸ਼ ਬਾਗੜ ਸੰਤੋਸ਼ ਬਾਗੜ ਕਹਿੰਦੇ ਨਹੀਂ ਸਾਰਾ ਕੁਝ ਝੂਠ ਆ ਇਹ ਤਾਂ ਹੈ ਹੀ ਨਹੀਂ ਕਾਰਨ ਕੀ ਸੀ ਕਹਿੰਦੇ ਕਾਰਨ ਇਹ ਸੀ ਕਿਉਂਕਿ ਸ਼ਿਵ ਸੇਨਾ ਨੇ ਕਾਂਗਰਸ ਦੇ ਨਾਲ ਹੱਥ ਮਿਲਾ ਲਿਆ ਸੀ। ਅਦਿੱਤਿਆ ਠਾਕਰੇ ਫੇਰ ਇਸ ਦਾ ਜਵਾਬ ਦਿੰਦੇ ਆ। ਕਹਿੰਦੇ ਕਾਂਗਰਸ ਦੇ ਨਾਲ ਹੱਥ ਮਿਲਾ ਲਿਆ ਸੀ ਇਹ ਤਾਂ ਬੜੀ ਅਜੀਬ ਗੱਲ ਆ ਕਹਿੰਦੇ। ਮੇਰੇ ਦਾਦਾ ਆਪਣੇ ਬਾਲਾ ਸਾਹਿਬ ਠਾਕਰੇ ਦੀ ਗੱਲ ਕਰ ਰਿਹਾ ਉਹ। ਕਹਿੰਦੇ ਜਿਹੜੇ ਮੇਰਾ ਦਾਦਾ ਸੀ ਉਹ ਤਾਂ ਕਾਂਗਰਸ ਦੇ ਨਾਲ ਕਈ ਵਾਰੀ ਉਹਨਾਂ ਨੂੰ ਸਪੋਰਟ ਕੀਤਾ ਸੀ। ਜਦੋਂ ਭਾਰਤ ਦੇ ਪ੍ਰੈਜ਼ੀਡੈਂਟ ਸੀ ਪ੍ਰਨਬ ਮੁਕਰਜੀ ਹੋਣ ਤੇ ਚਾਹੇ ਪ੍ਰਤਿਭਾ ਪਾਟਲ ਸੀ ਕਹਿੰਦੇ ਜਦੋਂ ਉਹਨਾਂ ਦੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਈ ਸੀ ਅਸੀਂ ਉਹਨਾਂ ਨੂੰ ਸਪੋਰਟ ਕੀਤਾ ਸੀ। ਇਹਦੇ ਵਿੱਚ ਕਿੰਡੀਕ ਵੱਡੀ ਗੱਲ ਆ ਕਹਿੰਦੇ ਵੈਸੇ ਭਾਰਤੀ ਜਨਤਾ ਪਾਰਟੀ ਦੱਸੇ ਜਦੋਂ ਪੀਪਲਸ ਡੈਮੋਕ੍ਰੈਟਿਕ ਪਾਰਟੀ ਪੀਡੀਪ ਜੰਮੂ ਕਸ਼ਮੀਰ ਦੀ ਪਾਰਟੀ ਮੁਫਤੀ ਮੁਹੰਮਦ ਸૈયਦ ਦੀ ਪਾਰਟੀ ਮਹਿਬੂਬਾ ਮੁਫਤੀ ਦੀ ਪਾਰਟੀ ਉਹਦੇ ਨਾਲ ਮਿਲ ਕੇ ਸਨ 2015 ਤੋਂ ਲੈ ਕੇ ਸਨ 2018 ਤੱਕ ਸਰਕਾਰ ਤਾਂ ਭਾਰਤੀ ਜਨਤਾ ਪਾਰਟੀ ਨੇ ਬਣਾਈ ਆ ਜਿਹੜੀ ਪਾਰਟੀ ਤੇ ਇਲਜ਼ਾਮ ਲੱਗਦੇ ਸੀ ਕਿ ਉਹ ਟੈਰਰਿਸਟਾਂ ਨੂੰ ਅਤਵਾਦੀਆਂ ਨੂੰ ਸਪੋਰਟ ਕਰਦੀ ਆ ਤੇ ਗੱਲਾਂ ਸਾਡੀਆਂ ਕਰਦੀ ਨੇ ਗੱਲ ਵੱਧ ਗਈ ਆ ਹੁਣ ਅਦਿੱਤਿਆ ਠਾਕਰੇ ਦੀ ਸਪੋਰਟ ਤੇ ਕੌਣ ਆਏ ਨੇ ਉਹਨਾਂ ਦੀ ਸਪੋਰਟ ਤੇ ਆਏ ਨੇ ਸੰਜੇ ਰਾਉਤ ਇਹ ਐਮਪੀ ਨੇ ਰਾਜ ਸਭਾ ਦੇ ਐਮਪੀ ਨੇ ਤੇ ਅਦਿੱਤਿਆ ਠਾਕਰੇ ਦੇ ਜਾਂ ਉਦਵ ਠਾਕਰੇ ਦੇ ਬੜੇ ਖਾਸ ਮੰਨੇ ਜਾਂਦੇ ਨੇ ਇਹ ਕਹਿੰਦੇ ਬਿਲਕੁਲ ਸਹੀ ਗੱਲ ਆ ਕਹਿੰਦੇ ਇਕੱਲੇ ਉੱਥੇ ਮਾਤੋਸ਼ੀਰੀ ਨਹੀਂ ਸੀ ਆਏ ਇਹ ਤਾਂ ਜਿਹੜਾ ਸਾਊਥ ਮੁੰਬਈ ਦੇ ਵਿੱਚ ਆਫੀਸ਼ੀਅਲ ਘਰ ਸੀ ਜਦੋਂ ਉਦਵ ਠਾਕਰੇ ਮੁੱਖ ਮੰਤਰੀ ਸੀ ਵਰਸ਼ਾ ਵਰਸ਼ਾ ਨਾਮ ਦਾ ਘਰ ਸੀ ਉੱਥੇ ਵੀ ਆ ਕੇ ਕਹਿੰਦੇ ਇਹਨਾਂ ਨੇ ਇਹੀ ਗੱਲ ਕਹੀ ਸੀ ਮੈਂ ਗਵਾਹ ਉਸ ਗੱਲ ਦਾ ਤੇ ਕਹਿੰਦੇ ਏਜੰਸੀਆਂ ਤਾਂ ਪਾਉਂਦੇ ਹੀ ਆ ਪਿੱਛੇ ਮੇਰੇ ਨਾਲ ਵੀ ਤਾਂ ਇਦਾਂ ਹੀ ਹੋਇਆ 3 ਮਹੀਨੇ ਤੁਸੀਂ ਦੇਖੋ ਸੰਜੇ ਰਾਉਤ ਨੂੰ ਅੰਦਰ ਰੱਖਿਆ ਈਡੀ ਨੇ ਕੇਸ ਦੇ ਵਿੱਚ ਔਰ ਉਸ ਤੋਂ ਬਾਅਦ ਅਦਾਲਤ ਕੀ ਕਹਿੰਦੀ ਹੈ ਉੱਥੋਂ ਦੀ ਮੁੰਬਈ ਦੀ ਕਹਿੰਦੇ ਇਹਨਾਂ ਦੇ ਖਿਲਾਫ ਤਾਂ ਕਿਸੇ ਤਰ੍ਹਾਂ ਦਾ ਕੋਈ ਕੇਸ ਬਣਦਾ ਹੀ ਨਹੀਂ ਬਲਕਿ ਇਹਨਾਂ ਨੂੰ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਇਹ ਤੁਸੀਂ ਗੱਲ ਯਾਦ ਕਰੋ ਸੋ ਇਹ ਸਾਰੀਆਂ ਗੱਲਾਂ ਜਦੋਂ ਮਹਾਰਾਸ਼ਟਰ ਤੋਂ ਨਿਕਲ ਕੇ ਆਉਂਦੀਆਂ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਉੱਤੇ ਰਾਜਨੀਤੀ ਹੋਰ ਮਗਨ ਵਾਲੀ ਹੈ ਲਲਿਤ ਮੋਦੀ ਦਾ ਤੁਸੀਂ ਬਹੁਤ ਨਾਮ ਸੁਣਿਆ ਹੋਣਾ ਆਈਪੀਐਲ ਦੇ ਨਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਨਾਲ ਉਹਨਾਂ ਦਾ ਨਾਮ ਜੁੜਿਆ ਰਿਹਾ ਜੁੜਿਆ ਕੀ ਰਿਹਾ ਬਲਕਿ ਉਹ ਕਰਤਾ ਧਰਤਾ ਸੀ 3 ਸਾਲ ਲਗਾਤਾਰ ਉਹਨਾਂ ਨੇ ਆਈਪੀਐਲ ਚਲਾਇਆ ਬਤੌਰ ਕਮਿਸ਼ਨਰ ਬਤੌਰ ਚੇਅਰਮੈਨ ਲੇਕਿਨ ਹੁਣ ਉਹ ਯੂਕੇ ਦੇ ਵਿੱਚ ਨੇ ਇੰਗਲੈਂਡ ਦੇ ਵਿੱਚ ਨੇ ਸਾਲ 2010 ਤੋਂ ਹੀ ਉਹ ਇੱਥੋਂ ਚਲੇ ਗਏ ਸੀ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਉਹਨਾਂ ਦੇ ਖਿਲਾਫ ਕਈ ਮਾਮਲਿਆਂ ਦੇ ਵਿੱਚ ਜਾਂਚ ਸ਼ੁਰੂ ਕਰਤੀ ਸੀ ਪਰ ਮਾਮਲਾ ਇਹ ਨਹੀਂ ਹੈ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਮਾਮਲਾ ਇੱਕ ਹੋਰ ਆ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਵੀ ਯਾਦ ਕਰੋ ਜਦੋਂ ਲਲਿਤ ਮੋਦੀ ਕਹਿੰਦੇ ਸੀ ਕਿ ਮੈਂ ਰਾਹੁਲ ਗਾਂਧੀ ਤੇ ਮਾਣਹਾਨੀ ਦਾ ਮੁਕਦਮਾ ਦਾਇਰ ਕਰ ਦੇਣਾ ਯੂਕੇ ਦੇ ਵਿੱਚ ਕਹਿੰਦੇ ਕਿ ਕਿਉਂਕਿ ਇਹਨਾਂ ਨੇ ਮੇਰਾ ਨਾਮ ਲਿੱਤਾ ਜਾਂ ਮੈਨੂੰ ਇਹ ਕਹਿ ਰਿਹਾ ਮੈਂ ਭਗੋੜਾ ਮੈਂ ਕੋਈ ਭਗੋੜਾ ਨਹੀਂ ਆ ਔਰ ਕਿਉਂਕਿ ਤੁਸੀਂ ਇਹ ਵੀ ਯਾਦ ਕਰੋ ਜਦੋਂ ਰਾਹੁਲ ਗਾਂਧੀ ਨੇ ਸਨ 2019 ਦੇ ਵਿੱਚ ਜਿਹੜੀ ਸਪੀਚ ਦਿੱਤੀ ਸੀ ਜਿਸ ਕਰਕੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਬਤੌਰ ਪਾਰਲੀਮੈਂਟ ਐਮਪੀ ਉਹ ਗਈ ਆ ਉਹ ਐਸੇ ਕਰਕੇ ਗਈ ਆ ਜਦੋਂ ਉਹਨਾਂ ਨੇ ਨਿਰਮੋਦੀ ਦਾ ਨਾਮ ਲਿਆ ਉਹਦੇ ਚ ਲਲਿਤ ਮੋਦੀ ਦਾ ਵੀ ਨਾਮ ਲਿਆ ਇਹ ਸਾਰਾ ਮਾਮਲਾ ਲੇਕਿਨ ਹੁਣ ਜਿਹੜਾ ਇੱਕ ਤਾਜ਼ਾ ਮਾਮਲਾ ਇਹ ਆ ਸੁਪਰੀਮ ਕੋਰਟ ਨੇ ਲਲਿਤ ਮੋਦੀ ਨੂੰ ਕਿਹਾ ਕਿ ਜਿਹੜੀ ਤੁਸੀਂ ਪੋਸਟ ਪਾਈ ਆ ਇੰਸਟਾਗ੍ਰam ਤੇ ਯਾ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਜੁਡੀਸ਼ਰੀ ਦੇ ਖਿਲਾਫ ਤੁਸੀਂ ਕਮੈਂਟਸ ਕੀਤੇ ਨੇ ਔਰ ਇੱਥੋਂ ਤੱਕ ਕਿਹਾ ਕਿ ਮੈਨੂੰ ਪਤਾ ਜੁਡੀਸ਼ਰੀ ਨੂੰ ਕਿਨੇ ਖਰੀਦਿਆ ਹੋਇਆ ਕਿ ਦੀ ਪਾਕਟ ਦੇ ਵਿੱਚ ਆ ਕੀ ਫੈਸਲੇ ਕਰਦੇ ਆ ਇਹਦੇ ਲਈ ਅਨ ਕੰਡੀਸ਼ਨਲ ਬਿਨਾ ਸ਼ਰਤ ਇਮੀਡੀਏਟਲੀ ਤੁਰੰਤ ਪ੍ਰਭਾ ਬਲਕਿ ਉਹਨਾਂ ਨੇ 10 ਦਿਨ ਦਿੱਤੇ ਆ 10 ਦਿਨਾਂ ਦੇ ਅੰਦਰ ਅੰਦਰ ਸੋਸ਼ਲ ਮੀਡੀਆ ਤੇ ਮਾਫੀ ਮੰਗੋ ਜਿੰਨੇ ਤੁਹਾਡੇ ਸੋਸ਼ਲ ਮੀਡੀਆ ਤੇ ਪਹਿਲਾ ਪੋਸਟ ਸੀ ਤੇ ਜਿਹੜੇ ਲੀਡਿੰਗ ਨਿਊਜ਼ਪੇਪਰਸ ਨੇ ਇੱਥੋਂ ਤੱਕ ਵੀ ਉਹਨਾਂ ਨੇ ਕਹਿਤਾ ਖਾਸ ਤੌਰ ਤੇ ਜਿਹੜੇ ਦਿੱਲੀ ਦੇ ਵਿੱਚ ਮੁੰਬਈ ਦੇ ਵਿੱਚ ਕੋਲਕਾਤਾ ਦੇ ਵਿੱਚ ਕੋਲਕਾਤਾ ਜਿਉਂ ਆਪਾਂ ਕਹਿੰਦੇ ਆ ਔਰ ਇਸੇ ਤਰ੍ਹਾਂ ਬੈਂਗਲੌਰ ਦੇ ਵਿੱਚ ਜਿਹੜੇ ਵੱਧ ਸਰਕੂਲੇਸ਼ਨ ਦੇ ਪੇਪਰ ਨੇ ਬਹੁਤ ਜਿਆਦਾ ਤਦਾਦ ਦੇ ਵਿੱਚ ਲੋਕਾਂ ਤੱਕ ਪਹੁੰਚਦੇ ਨੇ ਉਹਨਾਂ ਵਿੱਚ ਮਾਫੀ ਮੰਗੋ ਤੁਹਾਨੂੰ ਤੁਸੀਂ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਖਰੀਦ ਰਹੇ ਹੋ ਤੁਹਾਡੇ ਅੰਦਰ ਬੜਾ ਇੱਕ ਇਮਪ੍ਰੈਸ਼ਨ ਹੋ ਸਕਦਾ ਕਿ ਮੈਂ ਕੋਈ ਵੀ ਦੁਨੀਆ ਦੀ ਚੀਜ਼ ਖਰੀਦ ਸਕਦਾ ਪਰ ਤੁਸੀਂ ਕਾਨੂੰਨ ਤੋਂ ਉੱਪਰ ਨਹੀਂ ਹੋ ਇੰਸਟੀਚਿਊਟ ਤੋਂ ਕਿਸੇ ਵੀ ਸੰਵਿਧਾਨ ਤੋਂ ਤੁਸੀਂ ਉੱਪਰ ਨਹੀਂ ਹੋ ਇਸ ਕਰਕੇ ਇਮੀਡੀਏਟਲੀ ਮਾਫੀ ਮੰਗੋ ਤੇ ਮਾਨਹਾਨੀ ਤਾਂ ਲਲਿਤ ਮੋਦੀ ਕਹਰੇਜ ਹਾਲਾਂਕਿ ਉਹਨਾਂ ਦੇ ਵਕੀਲ ਨੇ ਉਹਨਾਂ ਦਾ ਬੜਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਕਹਿੰਦੇ ਜੀ ਇਹਨਾਂ ਨੇ ਆਪਣੀਆਂ ਪੋਸਟ ਹਟਾ ਲੀਆਂ ਕਹਿੰਦੇ ਪੋਸਟ ਹਟਾ ਲੀਆਂ ਸਾਨੂੰ ਤਾਂ ਪਤਾ ਨਹੀਂ ਲੋਕਾਂ ਨੂੰ ਤਾਂ ਪਤਾ ਨਹੀਂ ਚੁੱਪਚਾਪ ਪਹਿਲਾਂ ਤਾਂ ਗੱਲ ਕਹਿ ਦੇਣੀ ਫਿਰ ਪੋਸਟ ਪਿੱਛੇ ਕਰ ਲੈਣੀ ਜਾਂ ਹਟਾ ਲੈਣੀ ਇਹ ਕੋਈ ਹੱਲ ਨਹੀਂ ਆ ਬਤੌਰ ਲਿਖਤੀ ਰੂਪ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਤੇ ਉਹਨਾਂ ਨੇ ਕਿਹਾ ਮਾਫੀ ਮੰਗੋ ਤਦੇ ਹੀ ਅਸੀਂ ਸਮਝਾਂਗੇ ਵੈਸੇ ਉਹਨਾਂ ਨੇ ਇੱਥੇ ਗੱਲ ਦਾ ਛੁਟਕਾਰਾ ਨਹੀਂ ਕੀਤਾ 24 ਅਪ੍ਰੈਲ ਨੂੰ ਇਸ ਗੱਲ ਦੀ ਦੁਬਾਰਾ ਸੁਣਵਾਈ ਰੱਖ ਲਈ ਸੋ ਮੈਨੂੰ ਲੱਗਦਾ ਜਿਹੜੇ ਲਲਿਤ ਮੋਦੀ ਕਹਿੰਦੇ ਸੀ ਮੈਂ ਰਾਹੁਲ ਗਾਂਧੀ ਦੇ ਖਿਲਾਫ ਕਰਾਂ ਕਿ ਕਿਤੇ ਆਪ ਹੀ ਮਾਮਲੇ 'ਚ ਫਸ ਗਏ ਆ ਹੁਣ ਦੇਖਦੇ ਆ ਕਿ 24 ਅਪ੍ਰੈਲ ਨੂੰ ਉਦੋਂ ਤੱਕ ਲਲਿਤ ਮੋਦੀ ਕੀ ਐਕਸ਼ਨ ਲੈਂਦੇ ਨੇ ਕੀ ਵਾਕਿਆ ਮਾਫੀ ਮੰਗਦੇ ਨੇ ਤੇ ਉਹਨਾਂ ਦੀ ਮਾਫੀ ਮੰਗਣ ਦਾ ਅੰਦਾਜ਼ ਕੀ ਰਹਿੰਦਾ ਤੇ ਸ਼ਬਦਾਵਲੀ ਕੀ ਕੀ ਰਹਿੰਦੀ ਆ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ